निर्भो निरंकार
साहिब ने आप ही अपने सिर तो कलवी उतार के भाई संत सिंह दे सीट से सजाए। संत सिंह मेरी थां से बैठ इस अटारी विच बैठा रो बादशाह ऐडी बेअदबी तेरे सोने सीट दी कलगी मेरे सिर से
ਇਹ ਸਿਰ ਤੇਰੇ ਪੈਰਾਂ ਵਿੱਚ ਰੁੱਲਦਾ ਸੋਵਤ, ਤੇਰੇ ਚਰਨਾਂ ਦੀ ਧੂੜੀ ਵਿੱਚ ਇਹ ਸਿਰ ਰੁੱਲਦਾ ਸੋਵਤ ਹੈ ਬਾਦਸ਼ਾਹ, ਇਸ ਸਿਰ ਤੇ ਕਲਗੀ। ਹਜ਼ੂਰ ਨੇ ਆਖਿਆ ਮੇਰੇ ਔਰ ਸਿੱਖ ਵਿੱਚ ਕੋਈ ਭੇਦ ਨਹੀਂ। ਮੇਰੇ ਵਿੱਚ ਔਰ ਸਿੱਖ ਵਿੱਚ ਕੋਈ ਫਰਕ ਨਹੀਂ। ਸੰਤ ਸਿੰਘ ਸਿੱਖ ਹੋਵੇ ਕਰਨੀ ਵਾਲਾ, ਸਿੱਖ ਹੋਵੇ ਕਮਾਈ ਵਾਲਾ, ਸਿੱਖ ਹੋਵੇ ਗੁਰੂ ਦੇ ਪੂਰਨਿਆਂ ਤੇ ਤੁਰਨ ਵਾਲਾ, ਤਾਂ ਸਿੱਖ ਦਾ ਹਿਰਦਾ ਗੁਰੂ ਦਾ ਆਸਣ ਹੈ। ਜਿਸ ਵੇਲੇ ਹਜ਼ੂਰ ਨੇ ਸਿਰ ਤੇ ਕਲਗੀ ਸਜਾਈ, ਸੰਤ ਸਿੰਘ ਇਸ ਅਟਾਰੀ ਵਿੱਚ ਬੈਠਾ ਰਹੇ, ਕਿਉਂਕਿ ਤੁਹਾਡੇ ਮਜਬੂਰ ਕਰਨ ਤੇ ਮੈਂ ਹੁਣ ਜਾਣਾ। ਮੇਰਾ ਚਿੱਤ ਨਹੀਂ ਸੀ ਕਿ ਮੈਂ ਜਾਂਦਾ, ਪਰ ਖਾਲਸਾ ਜੀ ਤੁਸੀਂ ਮਜਬੂਰ ਕਰ ਦਿੱਤਾ। ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਤੁਸੀਂ ਸਲਾਮਤ ਤਾਂ ਸਿੱਖ ਬਥੇਰੇ, ਇਸ ਵਾਸਤੇ ਹੁਣ ਆਪ ਕਿਰਪਾ ਕਰੋ, ਸਾਡੀ ਬੇਨਤੀ ਮੰਨੋ ਤੇ ਜ਼ਰੂਰ ਚਲੇ ਜਾਓ ਇੱਕ ਪਾਸੇ। ਤੇ ਗੁਰਸਿੱਖਾਂ ਅੰਦਰ ਗੁਰ ਸਤਿਗੁਰ ਵਰਤਾ, ਇਸ ਵਾਸਤੇ ਖਾਲਸੇ ਦੀ ਬੇਨਤੀ ਨੂੰ ਅਧੂਰ ਠੁਕਰਾ ਨਾ ਸਕੇ। ਤੇ ਸੰਤ ਸਿੰਘ ਦੇ ਸੀਤ ਤੇ ਆਪਣੀ ਕਲਗੀ ਸਜਾ ਕੇ ਤੇ ਫਿਰ ਹਜ਼ੂਰ ਨੇ ਉਹ ਥਾਂ ਛੱਡੀ। ਦੁਸ਼ਮਣ ਨੂੰ ਭੁਲੇਖਾ ਪਿਆ ਰਿਹਾ ਵੀ ਗੁਰੂ ਅੰਦਰ ਬੈਠਾ, ਮੋਰਚਾ ਕਾਇਮ ਹੈ, ਲੜਾਈ ਲੜੀ ਚੱਲੋ ਭਾਈ, ਸਿੱਖ ਥੋੜੇ, ਸਾਡੀ ਫਤਿਹ ਹੋਈ ਕੇ ਹੋਈ, ਗੁਰੂ ਜੀ ਤਾਂ ਜਾ ਚੁੱਕੇ। ਸੇਡੀ ਵਿਉਂਤ ਕੀਤੀ, ਜਾ ਚੁੱਕੇ ਸਨ ਜਿਸ ਵੇਲੇ, ਬਾਈ ਸੰਤ ਸਿੰਘ ਵੀ ਸ਼ਹੀਦ ਹੋ ਗਿਆ, ਕਿਤਨੇ ਸਿੰਘ ਸਨ ਸਾਰੇ ਸ਼ਹੀਦ ਹੋ ਗਏ। ਦੁਸ਼ਮਣ ਮਾਰੋ ਮਾਰ ਕਰਦਾ ਵੀ ਹੁਣ ਗੁਰੂ ਨੂੰ ਪਕੜ ਲਿਆ। ਜਿਸ ਵੇਲੇ ਆਏ ਤੇ ਆਣ ਕੇ ਵੇਖਿਆ ਕਲਗੀ ਤਾਂ ਗੁਰੂ ਕੀ ਹੈ, ਪਰ ਜਿਸ ਸਿਰ ਤੇ ਬੱਧੀ ਸੀ ਉਹ ਸੀਤ ਗੁਰੂ ਕਾ ਨਹੀਂ, ਤਾਂ ਫਿਰ ਗੁਰੂ ਕਿੱਥੇ ਗਿਆ। ਸੋਚਿਆ ਸੀ ਸਾਡੀ ਫਤਿਹ ਹੋ ਗਈ ਹੈ, ਪਰ ਫਿਰ ਹਾਰ ਨਿਮੋ ਜੂਣੇ ਹੋ ਗਏ। ਐਡੀ ਕਠਿਨ ਲੜਾਈ ਲੜੀ, ਇੱਕ ਇੱਕ ਸਿੱਖ ਦੇ ਬਦਲੇ ਵੀਹ ਤੀਹ ਤੀਹ ਬੰਦੇ ਮਰਵਾਏ, ਤੇ ਫਿਰ ਵੀ ਸਾਡੀ ਫਤਿਹ ਯਾਬੀ ਨਾ ਹੋਈ। ਗੁਰੂ ਨੂੰ ਅਸੀਂ ਪਕੜ ਨਾ ਸਕੇ, ਬਈ ਗੁਰੂ ਨੂੰ ਕੌਣ ਪਕੜ ਸਕਦਾ, ਗੁਰੂ ਨੂੰ ਕੋਈ ਜ਼ੋਰ ਨਾਲ ਨਹੀਂ ਪਕੜ ਸਕਦਾ, ਗੁਰੂ ਨੂੰ ਕੋਈ ਪਕੜੇ ਤਾਂ ਪਿਆਰ ਵਾਲਾ ਪਕੜੇ। ਪਿਆਰ ਵਾਲਿਆਂ ਦੀ ਪੁਕਾਰ ਸੁਣ ਕੇ ਤਾਂ ਹਜ਼ੂਰ ਆਪ ਜਿੱਥੇ ਸਿੱਖ ਨੇ ਪੁਕਾਰਿਆ ਆਪਣੇ, ਜਿੱਥੇ ਸਿੱਖ ਨੇ ਪੁਕਾਰਿਆ ਉੱਥੇ ਪਹੁੰਚੇ। ਸਤਿਗੁਰੂ ਬੋਲੋ ਸ੍ਰੀ ਵਾਹਿਗੁਰੂ। ਤੋ ਕਲਗੀ ਸਜਾ ਕੇ ਵੀ ਆਪਣਾ ਚਾਉਂਡਾ ਉਸ ਵਿੱਚ ਪਾਇਆ, ਤੇ ਜਿਨ੍ਹਾਂ ਸਿਰਾਂ ਤੇ ਕਲਗੀ ਨਹੀਂ ਸਜਾਈ ਤੇ ਉਹ ਨਿਤਨੇਮੀ ਹਨ, ਉਹਨਾਂ ਨੂੰ ਵੇਖਦਿਆਂ ਵੀ ਚਾਉਂਡਾ ਗੁਰੂ ਕਾ ਪੈਂਦਾ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਗੁਰੂ ਵਸਿਆ। ਅੰਦਰ ਗੁਰੂ ਹੋਵੇ ਸਾਧ ਸੰਗਤ, ਅੰਦਰ ਬੈਠੇ ਗੁਰੂ ਦਾ ਚਾਉਂਡਾ ਬਾਹਰ ਪੈ ਜਾਣਾ ਕੋਈ ਵੱਡੀ ਗੱਲ ਨਹੀਂ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਹਰ ਸੱਚੇ ਤਖ਼ਤ ਰਚਾਇਆ, ਸੱਚੇ ਸਾਈਂ ਨੇ ਇੱਕ ਤਖ਼ਤ ਰਚਿਆ, ਕਿਹੜਾ ਸਤਸੰਗਤ ਮੇਲਾ। ਸੰਗਤ ਦੇ ਵਿੱਚ ਸੋਹਣੇ ਤਖ਼ਤ ਦੇ ਉੱਤੇ ਬੈਠਾ ਗੁਰੂ ਪਾਤਸ਼ਾਹ, ਸੰਗਤ ਹੈ ਉਹ ਸੰਗਤ ਜਿਸ ਸੰਗਤ ਨੂੰ ਗੁਰੂ ਨੇ ਖਾਲਸਾ ਕੀਤਾ। ਗੁਰ ਸੰਗਤ ਕੀ ਨੀ ਖਾਲਸਾ, ਇਹ ਹੁਣ ਖਾਲਸਾ ਬੈਠਾ ਹੈ। ਪਹਿਲੇ ਗੁਰੂ ਪੁਕਾਰਦੇ ਸਨ ਸਾਧ ਸੰਗਤ, ਤੇ ਕਲਗੀਧਰ ਪਾਤਸ਼ਾਹ ਪੁਕਾਰਦੇ ਰਹੇ ਖਾਲਸਾ ਜੀ। ਤੋ ਸੰਗਤ ਤੇ ਖਾਲਸਾ ਦੋ ਨਹੀਂ, ਸੰਗਤ ਤੇ ਖਾਲਸਾ ਇੱਕ ਵਿੱਚ ਹੋ ਗਿਆ।
ਸੰਗਤ ਦਾ ਨਾਮ ਹੀ ਖਾਲਸਾ ਰੱਖਿਆ ਕਿਉਂਕਿ ਜੋ ਸੰਗਤ ਵਿੱਚ ਆਏ ਹਨ ਜਪਣ ਵਾਲੇ ਇਹੀ ਤਾਂ ਖਾਲਸੇ ਹਨ। ਖਾਲਸ ਹੁੰਦਾ ਖਾਲਸ ਜਿਸ ਵਿੱਚ ਮਿਲਾਵਟ ਨਹੀਂ, ਰਲਾ ਨਹੀਂ, ਜਿਸ ਦੇ ਸਿਦਕ ਵਿੱਚ ਫਰਕ ਨਹੀਂ, ਜਿਸ ਦਾ ਨਿਰੋਲ ਸਿਦਕ ਗੁਰੂ ਚਰਨਾਂ ਉੱਤੇ, ਉਹ ਖਾਲਸਾ ਹੈ। ਭਾਈ ਨੰਦ ਲਾਲ ਵੀ ਖਾਲਸਾ ਹੈ, ਭਾਈ ਦਇਆ ਸਿੰਘ ਵੀ ਖਾਲਸਾ ਹੈ ਤੇ ਸੈਯਦ ਬੁੱਧੂ ਸ਼ਾਹ ਵੀ ਖਾਲਸਾ ਹੈ। ਬੁੱਧੂ ਸ਼ਾਹ ਮੰਨਿਆ ਪਰਮੰਨਿਆ ਪੀਰ ਮੁਸਲਮਾਨਾਂ ਵੀ, ਕੱਲ ਜ਼ਿਕਰ ਆਇਆ ਸੀ ਬੀਖਨ ਸ਼ਾਹ ਦਾ, ਉਹ ਵੀ ਸੈਯਦ ਸੀ ਤੇ ਇਹ ਬੁੱਧੂ ਸ਼ਾਹ ਵੀ ਸੈਯਦ। ਲੋਕੀ ਇਸ ਦੇ ਪੈਰਾਂ ਤੇ ਆਣ ਕੇ ਡਿੱਗਦੇ, ਇਸ ਦੀ ਪੂਜਾ ਕਰਦੇ, ਪਰ ਇਹ ਮਨ ਵਿੱਚ ਸੋਚਦਾ ਸੀ ਮੈਂ ਤਾਂ ਖਾਲੀ ਪਾਂਡਾ, ਮੇਰੇ ਕੋਲੋਂ ਇਹ ਮੁਰਾਦਾ ਮੰਗਦੇ ਹਨ, ਕਿਤੇ ਮੇਰਾ ਪਾਂਡਾ ਵੀ ਭਰਪੂਰ ਹੁੰਦਾ, ਮੈਂ ਵੀ ਕਿਸੇ ਦੀ ਜੋੜੀ ਕੋਈ ਖਰੈਸ ਪਾ ਸਕਦਾ, ਪਰ ਮੇਰਾ ਤਾਂ ਪਾਂਡਾ ਖਾਲੀ, ਮੇਰੇ ਤਾਂ ਅੰਦਰ ਕੁਛ ਨਹੀਂ, ਕਿੱਥੋਂ ਕੁਝ ਲਵਾਂ, ਕਿੱਥੋਂ ਕੁਝ ਮਿਲੇ, ਕਿੱਥੇ ਜਾ ਕੇ ਚੁੱਕਾਂ ਜਿੱਥੋਂ ਇਹ ਪਾਂਡਾ ਭਰਪੂਰ ਹੋਵੇ ਤਾਂ ਸਰੋਤ ਪਈ ਕਲਗੀਆਂ ਵਾਲੇ। ਆਖਿਆ ਇਸ ਸਮੇਂ ਵਿੱਚ ਇਹ ਖਾਲੀ ਪਾਂਡੇ ਉਹੀ ਭਰ ਸਕਦੇ ਹਨ। ਸੋਚਿਆ ਸਰੋਤਾਂ ਤਾਂ ਸਭ ਦੀਆਂ ਸੁਣੀ ਦੀਆਂ ਸੀ, ਪਰ ਜਬ ਨਾ ਦੇਖੋ ਆਪਣੇ ਨੈਣੀ, ਜਿਹਨਾਂ ਚਿਰ ਆਪਣੀ ਅੱਖ ਨਾਲ ਨਾ ਵੇਖਾ। ਤਾਂ ਬੁੱਧੂ ਸ਼ਾਹ ਫਿਰ ਗੁਰੂ ਕੇ ਦਰਬਾਰ ਵਿੱਚ ਆਇਆ, ਆਣ ਕੇ ਜਿਸ ਵੇਲੇ ਠਾਠ ਬਾਠ ਦੇਖਿਆ ਤੇ ਦਰਸ਼ਨ ਕੀਤੇ, ਅਜੇ ਮਨ ਪੂਰਾ ਮੰਨਿਆ ਨਹੀਂ। ਆਇਆ ਜਿਸ ਵੇਲੇ ਸਨਮੁਖ ਤੇ ਅੱਗੇ ਹੱਥ ਪਸਾਰਿਆ ਹੱਥ ਮਿਲਾਵਣ ਵਾਸਤੇ, ਅਜੇ ਝੁਕਣ ਦੀ ਜਾਚ ਨਹੀਂ ਆਈ ਤੇ ਨਾ ਝੁਕਿਆ, ਨਾ ਝੁਕਣ ਨੂੰ ਜੀ ਕੀਤਾ। ਜਿਸ ਵੇਲੇ ਹੱਥ ਪਸਾਰਿਆ ਤਾਂ ਸਾਹਿਬ ਨੇ ਵੀ ਪੋਲਾ ਜਿਹਾ ਅੱਗੇ ਕਰ ਦਿੱਤਾ, ਆਓ ਸ਼ਾਹ ਸਾਹਿਬ ਤੁਸੀਂ ਤਾਂ ਆਪ ਮੰਨੇ ਪਰਮੰਨੇ ਪੂਜ ਨੀਕ, ਲੋਕ ਤੁਹਾਡੇ ਪੈਰ ਪੂਜ ਕੇ ਮਨ ਦੀਆਂ ਮੁਰਾਦਾਂ ਪਾਵਣ, ਤੁਸੀਂ ਕਿਵੇਂ ਆ ਗਏ? ਅੱਗੋਂ ਬੁੱਧੂ ਸ਼ਾਹ ਨੇ ਆਖਿਆ ਸੱਚ ਦੀ ਤਲਾਸ਼ ਵਿੱਚ, ਸੱਚ ਦੀ ਤਲਾਸ਼ ਵਿੱਚ ਆਇਆ ਹਾਂ। ਤਾਂ ਸਾਹਿਬ ਨੇ ਆਖਿਆ ਠੀਕ ਹੈ ਸ਼ਾਹ ਜੀ, ਆਏ ਸੱਚ ਦੀ ਤਲਾਸ਼ ਵਿੱਚ ਹੋ, ਪਰ ਕੂੜ ਦਾ ਚੋਗਾ ਪਾ ਕੇ, ਆ ਕੂੜੀ ਵਡਿਆਈ ਨਾਲ ਲਿਆਏ ਹੋ, ਵੀ ਮੈਂ ਵੀ ਕੁਝ ਹਾਂ, ਅਜੇ ਸੱਚ ਪਛਾੜਿਆ ਨਹੀਂ, ਅਜੇ ਸੱਚ ਸਿਝਾਤਾ ਨਹੀਂ। ਸੱਚ ਸਿਝਾਤਾ ਹੁੰਦਾ ਤੇ ਇਹ ਹੱਥ ਮਿਲਾ ਕੇ ਨਾ ਕੋਲਾ ਖਲੋਤੇ, ਜਿੱਥੇ ਸੱਚ ਹੁੰਦਾ ਉੱਥੇ ਸਿਰ ਝੁਕਾਈਦਾ, ਜੇ ਸੱਚ ਲੈਣਾ ਹੋਵੇ ਤਾਂ ਉੱਥੇ ਡਿੱਗ ਪਈਦਾ। ਪਰ ਸ਼ਾਹ ਜੀ ਆਏ ਸੱਚ ਦੀ ਬਾਲ ਵਿੱਚ ਤੇ ਕੂੜ ਦਾ ਪਰਦਾ ਉੱਤੇ ਲੈ ਕੇ, ਵਡਿਆਈ ਆਪਣੀ ਨਾਲ ਲੈ ਕੇ ਆਏ ਹੋ। ਅੱਛਾ ਜੀ ਆਇਆਂ ਨੂੰ, ਨਹੀਂ ਤੁਸੀਂ ਵੱਡੇ ਹੀ ਸਹੀ, ਅਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਦਾਸ। ਕੋਲ ਬਿਠਾ ਲਿਆ ਤੇ ਫਿਰ ਜਿਸ ਵੇਲੇ ਕੀਤੇ ਨਾ ਬਚਨ, ਬਚਨ ਕੀਤੇ ਮੇਰੇ ਸਾਹਿਬ ਨੇ ਤੇ ਬੁੱਧੂ ਸ਼ਾਹ ਦੇ ਕਪਾਟ ਖੁੱਲ ਗਏ। ਹੁਣ ਮਨ ਵਿੱਚ ਸੋਚਦਾ ਮੁਰੀਦ ਵੀ ਬੜੇ ਨਾਲ ਹਨ, ਮੰਨਣ ਪੂਜਣ ਵਾਲੇ ਵੀ ਨਾਲ ਬਹੁਤ ਹਨ। ਇੱਕ ਪਾਸੇ ਤਾਂ ਇਹ ਮਨੌਤ ਖੜੀ ਹੈ ਕਿ ਮੈਂ ਪੂਜ ਦੀ ਕਹਾਂ, ਲੋਕੀ ਮੈਨੂੰ ਮੰਨਦੇ ਹਨ, ਇੱਕ ਪਾਸੇ ਨਾਲ ਖਿਆਲ ਆਉਂਦਾ ਕਿ ਇਹ ਖਾਲੀ ਪਾਂਡਾ ਹੈ, ਲੋਕ ਭੁਲੇਖੇ ਵਿੱਚ ਹਨ। ਪਰ ਮੈਨੂੰ ਤਾਂ ਪਤਾ ਹੈ ਕਿ ਮੇਰੇ ਕੋਲ ਕੁਛ ਨਹੀਂ, ਔਰ ਇਹ ਪਾਂਡਾ ਇੱਥੋਂ ਹੀ ਭਰਪੂਰ ਹੋ ਸਕਦਾ, ਉਹ ਭਰਪੂਰ ਹੋ ਸਕਦਾ ਚਰਨਾਂ ਤੇ ਡਿੱਗ ਕੇ, ਤੇ ਜੇ ਮੈਂ ਹੁਣ ਪੈਰਾਂ ਤੇ ਡਿੱਗ ਪਵਾਂ ਤੇ ਇਹ ਮੇਰੇ ਪੈਰਾਂ ਤੇ ਡਿੱਗਣ ਵਾਲੇ ਮੈਨੂੰ ਕੀ ਆਖ। ਤੇ ਨਾਲ ਹੀ ਖਿਆਲ ਆਇਆ ਗੁਰੂ ਨੇ ਸੱਚ ਆਖਿਆ, ਕੂੜ ਦਾ ਪਰਦਾ ਪਾ ਕੇ ਸੱਚ ਦੀ ਤਲਾਸ਼ ਵਿੱਚ ਆਏ, ਇਹ ਹੁਣ ਕੂੜ ਦਾ ਪਰਦਾ ਲਾਉਣਾ ਹੀ ਪਏਗਾ। ਅੰਦਰ ਹੋਵੇ ਸੱਚ ਤੇ ਫਿਰ ਬੇਸ਼ੱਕ ਨੱਚ ਨੱਚ ਪਿਆਰ ਦਾ, ਨਾਚ ਕਰ ਬੁੱਧੂ ਸ਼ਾਹ, ਨਾਚ ਰੇ ਮਨ ਗੁਰ ਕੇ ਆਗੇ, ਇਹ ਲਾ ਦੇ ਕੂੜ ਦਾ ਪਰਦਾ, ਲਾ ਦੇ ਕੂੜ ਦੀ ਸੰਜੋ, ਇਹਨਾਂ ਮੁਰੀਦਾਂ ਨੇ ਤੇਰੀ ਅੰਤ ਕਾਲ ਰੱਖਿਆ ਨਹੀਂ, ਕਰਨੀ ਰੱਖਿਆ ਗੁਰੂ ਨੇ ਕਰਨੀ। ਤਾਂ ਫਿਰ ਬੁੱਧੂ ਸ਼ਾਹ ਦੀਵਾਨ ਸੱਜਿਆ ਹੋਇਆ, ਹਜ਼ਾਰਾਂ ਸੰਗਤਾਂ ਬੈਠੀਆਂ ਸਨ, ਬੁੱਧੂ ਸ਼ਾਹ ਦੇ ਆਪਣੇ ਮੁਰੀਦ ਵੀ ਬੇਸ਼ੁਮਾਰ ਸਨ ਜੋ ਨਾਲ ਆਏ ਸਨ। ਵੇਲਾ ਚੱਲ ਕੇ ਦੇਖੀਏ, ਦੋ ਪੀਰ ਆਪਸ ਵਿੱਚ ਮਿਲਣਗੇ, ਉਸ ਵੇਲੇ ਕੀ ਰੰਗ ਵੱਜੇਗਾ। ਪਰ ਸਾਰੀ ਸੰਗਤ ਉਹਨਾਂ ਦੀ ਮਨ ਵਿੱਚ ਰਹਿ ਗਈ
ਇਹ ਬੁੱਧੂ ਚਾਹ ਆਪਣੀ ਪੀਰੀ ਦਾ ਪਰਦਾ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ ਤੇ ਹੱਥ ਜੋੜ ਕੇ ਬੋਲਿਆ, ਮੇਰੇ ਤੇ ਦਰਦ ਕਰ, ਮੇਰੇ ਤੇ ਰਹਿਮ ਕਰ। ਇਸ ਖਾਲੀ ਪਾਂਡੇ ਨੂੰ ਦੁਨੀਆਂ ਨੇ ਭਰਿਆ ਹੋਇਆ ਸਮਝਿਆ, ਪਰ ਮੈਨੂੰ ਪਤਾ ਹੈ ਖਾਲੀ ਹੈ ਔਰ ਤੂੰ ਭਰ ਸਕਦਾ। ਚਿਣਕਾ ਪਾ ਮੇਰੀ ਛੋਲੀ। ਸਾਹਿਬ ਨੇ ਦੇਖਿਆ ਹੁਣ ਇਸਨੇ ਮਾਨ ਛੱਡਿਆ। ਜਿੰਨਾ ਚਿਰ ਮਾਨ ਨਹੀਂ ਛੱਡਦਾ ਆਪ ਨੂੰ ਨਹੀਂ ਗਵਾਉਂਦਾ, ਛੋ ਨੂੰ ਪਾਉਂਦਾ ਨਹੀਂ। ਆਪ ਗਵਾਈਏ ਤਾਂ ਸੌ ਪਾਈਏ। ਇਸਦੀ ਨਿਮਰਤਾ ਨੂੰ ਵੇਖ ਕੇ ਸਾਹਿਬ ਬੜੇ ਪ੍ਰਸੰਨ ਹੋਏ, ਚਰਨਾਂ ਤੋਂ ਚੁੱਕਿਆ ਤੇ ਸੋਹਣਾ ਹੱਥ ਆਪਣਾ ਬੁੱਧੂ ਚਾਹ ਦੇ ਸਿਰ ਤੇ ਰੱਖਿਆ ਤੇ ਵਚਨ ਕੀਤਾ ਬੁੱਧੂ ਚਾਹ ਨਿਹਾਲ। ਤੇ ਲੱਗ ਗਈ ਬੁੱਧੂ ਚਾਹ ਦੀ ਸਮਾਧੀ। ਉਹ ਸੁੱਖ ਮਾਣਿਆ ਬੁੱਧੂ ਚਾਹ ਨੇ ਜੋ ਅੱਜ ਤੱਕ ਨਹੀਂ ਸੀ ਦੇਖਿਆ, ਅੱਜ ਤੱਕ ਨਹੀਂ ਸੀ ਤੱਕਿਆ। ਜੱਟ ਬਾਅਦ ਜਦੋਂ ਸਮਾਧੀ ਖੁੱਲੀ ਤੇ ਫਿਰ ਡੰਡੌਤ ਕੀਤੀ, ਬਾਦਸ਼ਾਹ ਇਹ ਡੰਡੌਤ ਚੁਕਰਾਨੇ ਨੇ, ਜੋ ਕੁਝ ਤੂੰ ਬਖਸ਼ਿਆ ਮੈਨੂੰ ਜਨਮਾਂ ਵਿੱਚ ਨਹੀਂ ਸੀ ਲੱਭਣ। ਜਨਮਾਂ ਦੀ ਤਪੱਸਿਆ ਹੁੰਦੀ ਤੇ ਤਾਂ ਵੀ ਮੈਨੂੰ ਇਹ ਸੁੱਖ ਪ੍ਰਾਪਤ ਨਹੀਂ ਸੀ ਹੋਣ ਜਿਹੜਾ ਤੂੰ ਇੱਕ ਅੱਖ ਦੇ ਇਸ਼ਾਰੇ ਨਾਲ ਮੇਰੇ ਅੰਦਰ ਪਾ ਦਿੱਤਾ। ਪਾਤਸ਼ਾਹ ਹੁਣ ਕਿਰਪਾ ਕਰੀਏ, ਸੁੱਖ ਬਰਕਰਾਰ ਰਹੇ, ਇਹ ਸੁੱਖ ਬਣਿਆ ਰਹੇ। ਤੂੰ ਬੁੱਧੂ ਸ਼ਾਹ ਸਿਦਕੀ ਹੋ ਗਿਆ, ਡਾਢਾ ਸਿਦਕਵਾਨ ਹੋਇਆ। ਇੱਥੋਂ ਤੱਕ ਕੇ 500 ਮੁਰੀਦ ਤੇ 4 ਪੁੱਤਰ ਲਿਆਇਆ ਬੇਟਾ ਕੀਤੀ। ਪਾਤਸ਼ਾਹ ਮੇਰਾ ਜੀ ਕਰਦਾ ਅਜੀਤ ਸਿੰਘ ਜੁਝਾਰ ਸਿੰਘ ਦੇ ਆ ਮੇਰੇ ਬੱਚੇ ਸੇਵਾਦਾਰ ਹੋ, ਜਿੱਥੇ ਤੇਰੇ ਬੱਚੇ ਪੈਰ ਰੱਖਣ ਉੱਥੇ ਇਹ ਆਪਣੀਆਂ ਅੱਖਾਂ ਵਿਛਾਉਣ। ਜੇ ਸਾਹਿਬ ਨੇ ਆਖਿਆ ਸ਼ਾਹ ਜੀ ਮੇਰੇ ਬੱਚਿਆਂ ਨੇ ਰਾਜ ਨਹੀਂ ਕਰਨ, ਬੁੱਧੂ ਸ਼ਾਹ ਮੇਰੇ ਬੱਚਿਆਂ ਨੇ ਕੋਈ ਸਿਰ ਤੇ ਤਾਜ ਰੱਖ ਕੇ ਨਹੀਂ ਬੈਠਣਾ। ਸ਼ਾਹ ਜੀ ਜਾਣਦੇ ਹੋ ਮੇਰੇ ਬੱਚੇ ਕਿਸ ਵਾਸਤੇ ਸੰਸਾਰ ਵਿੱਚ ਆਏ ਹਨ? ਧਰਮ ਤੋਂ ਸ਼ਹੀਦ ਹੋਣ ਵਾਸਤੇ, ਆਪਣਾ ਬਲੀਦਾਨ ਦੇਣ ਵਾਸਤੇ। ਤਾਂ ਬੁੱਧੂ ਸ਼ਾਹ ਨੇ ਹੱਥ ਜੋੜੇ, ਬਾਦਸ਼ਾਹ ਫਿਰ ਮੇਰੀ ਅਰਜ਼ੀ ਕਬੂਲੋ, ਜੇ ਤੇਰੇ ਬੱਚੇ ਸ਼ਹੀਦ ਹੋਵਣ ਜਿੱਥੇ ਅਜੀਤ ਸਿੰਘ ਦਾ ਖੂਨ ਦਾ ਇੱਕ ਤੁਪਕਾ ਡਿੱਗੇ ਪਹਿਲਾਂ, ਉੱਥੇ ਮੇਰੇ ਪੁੱਤਰ ਦਾ ਖੂਨ ਡਿੱਗੇ ਔਰ ਉਹ ਧਰਤੀ ਧੋਤੀ ਜਾਏ, ਕਿਉਂਕਿ ਤੇਰੇ ਪੁੱਤਰ ਦਾ ਪਵਿੱਤਰ ਖੂਨ ਇਸ ਅਪਵਿੱਤਰ ਧਰਤੀ ਤੇ ਨਾ ਪਵੇ, ਪਹਿਲਾਂ ਉਸ ਧਰਤੀ ਨੂੰ ਮੇਰੇ ਪੁੱਤਰ ਦੇ ਖੂਨ ਨਾਲ ਧੋਤਾ ਜਾ। ਬੰਗਾਣੀ ਦੇ ਯੁੱਧ ਵਿੱਚ ਬੁੱਧੂ ਸ਼ਾਹ ਦੇ 2 ਪੁੱਤਰ ਤੇ 500 ਮੁਰੀਦ ਸ਼ਹੀਦ ਪਏ। ਜਿਸ ਵੇਲੇ ਵਿਦਾ ਕਰਨ ਲੱਗੇ ਸਾਹਿਬ ਨੇ ਆਖਿਆ ਸ਼ਾਹ ਜੀ ਕੀ ਦੇਈਏ? ਪਾਤਸ਼ਾਹ ਮੈਂ ਕੀ ਮੰਗਾਂ, ਜੇ ਤੁਠੇ ਜੋ ਤੇਰੀ ਰਜਾ ਹੈ ਬਖਸ਼ ਦੇ, ਅੱਗੇ ਬਹੁਤ ਕੁਝ ਦਿੱਤਾ ਹੀ, ਜੋ ਕੁਛ ਅੱਗੇ ਦਿੱਤਾ ਹੀ ਮੈਂ ਉਸਦੀਆਂ ਦੇਣੀਆਂ ਵੀ ਨਹੀਂ ਦੇ ਸਕਦਾ। ਪਾਤਸ਼ਾਹ ਜੀ ਮੁੜ ਤੁਠੇ ਤੇ ਹੋਰ ਕੁਝ ਦੇਣਾ ਚਾਹੁੰਦੇ ਤਾਂ ਤੇਰੀ, ਮੇਰੀ ਤਾਂ ਝੋਲੀ ਮੰਗਦੇ ਦੀ ਸਦਾ ਝੋਲੀ ਹੈ ਦਰ ਤੇ, ਸਵਾਰੀ ਸਦਾ ਝੋਲੀ ਕਰਕੇ ਖੜੋਤਾ, ਦਾਤੇ ਦੇ ਮਨ ਪਤਾ ਨਹੀਂ ਕਿਸ ਵੇਲੇ ਮੇੜ ਆ ਜਾਵੇ। ਹਜ਼ੂਰ ਨੇ ਆਪਣਾ ਕੰਘਾ ਜਿਸ ਵਿੱਚ ਕੁਝ ਕੇਸ ਵੀ ਸਨ ਬੁੱਧੂ ਸ਼ਾਹ ਦੀ ਝੋਲੀ ਪਾ ਦਿੱਤਾ। ਲਓ ਸ਼ਾਹ ਜੀ ਆ ਮੇਰਾ ਕੰਘਾ ਤੇ ਮੇਰੇ ਕੇਸ। ਕੇਸ ਕਿਸੇ ਵੇਲੇ ਨੰਦ ਲਾਲ ਨੂੰ ਪੁੱਛ ਲੈਣਾ ਭਈ ਇਹ ਕੀ ਹੈ। ਸਤ ਬਚਨ ਇਕਾਂਤ ਵਿੱਚ ਨੰਦ ਲਾਲ ਦੇ ਕੋਲ ਬੈਠਾ ਬੁੱਧੂ ਸ਼ਾਹ, ਕੰਘਾ ਤੇ ਕੇਸ ਕੱਢ ਕੇ ਦਿਖਾ ਕੇ ਕਹਿੰਦਾ ਨੰਦ ਲਾਲ ਜੀ ਪਿਆਰਿਆ ਮੈਨੂੰ ਇਹ ਸਮਝਾ ਬਈ ਸਾਹਿਬ ਨੇ ਮੈਨੂੰ ਕੀ ਬਖਸ਼ਿਆ। ਬੁੱਧੂ ਸ਼ਾਹ ਨੇ ਜਿਸ ਵੇਲੇ ਉਹ ਕੇਸ ਦਿਖਾਏ ਤੇ ਨੰਦ ਲਾਲ ਨੇ ਦਰਸ਼ਨ ਕੀਤੇ ਤੇ ਉਹ ਕੰਘਾ ਕੇਸਾਂ ਸਮੇਤ ਆਪਣੀਆਂ ਅੱਖਾਂ ਤੇ ਰੱਖ ਲਿਆ। ਆਖੇ ਅੱਛਾ ਜੀ ਤੁਸੀਂ ਤਾਂ ਲੁੱਟ ਲਿਆ ਗੁਰੂ ਨਾਨਕ ਦੇ ਘਰ, ਹੁਣ ਮੇਰੇ ਕੋਲੋਂ ਪੁੱਛਦੇ ਹੋ ਵੀ ਸਾਨੂੰ ਕੀ ਮਿਲਿਆ। ਆ ਕੰਘੇ ਵਿੱਚ ਜਿਹੜੇ ਕੇਸ ਹਨ ਨਾ, ਕੇਸ ਸਾਰਿਆਂ ਦੀ ਉਪਮਾਵਾਂ ਨਹੀਂ ਕਰ ਰਿਹਾ, ਜਿਹੜਾ ਇੱਕ ਕੇਸ ਵਿੱਚੋਂ ਹੱਥ ਵਿੱਚ ਫੜ ਕੇ ਕੇਸ ਕਲਗੀਧਰ ਪਾਤਸ਼ਾਹ ਦਾ, ਭਾਈ ਨੰਦ ਲਾਲ ਕਹਿੰਦਾ ਸ਼ਾਹ ਜੀ ਆਹ ਜਿਹੜਾ ਇੱਕ ਕੇਸ ਪੈ ਸਕਦੇ ਹੋ ਨਾ, ਇਸ ਇੱਕ ਕੇਸ ਦੀ ਵਲਗਨ ਵਿੱਚ ਦੋਵੇਂ ਲੋਕ ਜੇ। ਉਸ ਵੇਲੇ ਗਜ਼ਲ ਉਚਾਰੀ, ਦੀਨ ਦੁਨੀਆਂ ਦਰ ਕਮੰਦੇ
ਹਾਂ ਭਰੀ ਰੁਖਸਾਰੇ ਮਾਂ ਨੀਨ ਦੁਨੀਆਂ ਦੜਕ ਮੰਦੇ ਹਾਂ ਭਰੀ ਰੁਖਸਾਰੇ ਮਾਂ ਹਰ ਦੋ ਆਲਿਮ ਕੀਮਤੇ ਯਕ ਤਾਰ ਆ ਜਿਹੜੀ ਇੱਕ ਤਾਰ ਹੈ ਨਾ ਕੇਸਾਂ ਦੀ ਇੱਕ ਕੇਸ ਹੈ ਹਰ ਦੋ ਆਲਿਮ ਕੀਮਤੇ ਯਕ ਤਾਰ ਮੂਹੇ ਯਾਰ ਛਾਲੀ ਤੁਹਾਡੇ ਕਿੰਨੇ ਭਾਗ ਕਿਤਨੇ ਤੁਸੀਂ ਭਾਗ ਛਾਲੀ ਹੋ ਗਏ ਹੋ ਏਡੀ ਵੱਡੀ ਦਾਤ ਸਾਹਿਬ ਨੇ ਤੁਹਾਡੀ ਛੋਟੀ ਪਾਈ ਹੈ ਤੇ ਬੁੱਧੂ ਸ਼ਾਹ ਰੋ ਪਿਆ ਨੰਦ ਲਾਲ ਜੀ ਭਾਵੇਂ ਏਡੀ ਵੱਡੀ ਦਾਤ ਮੇਰੀ ਛੋਟੀ ਪਾਈ ਹੈ ਪਰ ਮੈਂ ਤਾਂ ਅਜੇ ਕੁਝ ਹੋਰ ਮੰਗਣਾ ਚਾਹੁੰਦਾ ਮੇਰਾ ਮਨ ਦਲ ਚਾਹ ਗਿਆ ਚਾਹ ਜੀ ਕੀ ਮੰਗਣਾ ਚਾਹੁੰਦੇ ਆ ਮੈਂ ਇਹ ਚਾਹੁੰਦਾ ਕਿ ਸਾਹਿਬ ਆਗਿਆ ਦੇਵਣ ਤਾਂ ਉਹਨਾਂ ਦਾ ਜੋੜਾ ਝਾੜ ਕੇ ਚਰਨਾਂ ਦੀ ਧੂੜ ਲੈ ਚਰਨਾਂ ਦੀ ਧੂੜ ਤੇ ਸੱਚਮੁੱਚ ਸ਼ਾਹ ਨੇ ਬੇਨਤੀ ਕਰ ਦਿੱਤੀ ਗਰੀਬ ਨਵਾਜ ਜੋ ਕੁਝ ਤੁਸਾਂ ਬਖਸ਼ਿਆ ਵੱਡੀ ਦਾਤ ਹੈ ਪਰ ਮੈਨੂੰ ਵੀ ਹੋ ਗਏ ਮੇਰਾ ਮਨ ਲਾਲਚ ਵਿੱਚ ਆ ਗਿਆ ਇਹ ਜਿਹੜੀ ਦਾਤ ਬਖਸ਼ੀ ਜੇ ਸਿਰ ਮੱਥੇ ਪਰ ਇੱਕ ਇੱਛਾ ਮੇਰੀ ਪੂਰੀ ਕਰ ਦਿਓ ਸ਼ਾਹ ਜੀ ਆਖੋ ਗੁਰੂ ਨਾਨਕ ਦਾ ਘਰ ਹੈ ਸਰਫਾ ਨਾ ਕਰੋ ਮੰਗੋ ਕਿਆ ਮੰਗਦੇ ਹੋ ਗਰੀਬ ਨਵਾਜ ਹੁਕਮ ਦੇਵੋ ਆ ਜਿਹੜਾ ਤੁਹਾਡਾ ਜੋੜਾ ਪਿਆ ਇਹਨੂੰ ਝਾੜ ਕੇ ਵਿੱਚੋਂ ਕੋਈ ਕਿਣਕਾ ਧੂੜਦਾ ਲੈ ਲਓ ਸ਼ਾਹ ਜੋੜਾ ਝਾੜ ਕੇ ਧੂੜ ਲਈ ਤੇ ਫਿਰ ਕੁੜੀ ਬੱਧੀ ਕੁੜੀ ਬੱਧੀ ਤੇ ਬੁੱਧੂ ਸ਼ਾਹ ਨੇ ਰੱਖ ਲਈ ਆਪਣੀ ਜੇਬ ਵਿੱਚ ਦੋ ਪੁੱਤਰ ਨਾਲ ਲੀਤੇ ਤੇ ਮੱਥਾ ਟੇਕ ਕੇ ਮੁੜਿਆ ਜਿਸ ਵੇਲੇ ਆਇਆ ਘਰ ਅੱਗੇ ਘਰ ਵਾਲੀ ਜ਼ੈਨਬ ਪਈ ਉਡੀਕਦੀ ਸ਼ਾਹ ਜੀ ਗਏ ਹਨ ਚਾਰ ਪੁੱਤਰ ਵੀ ਨਾਲ ਲੈ ਗਏ ਹਨ ਘਰ ਇੰਝ ਜਾਪਦਾ ਜਿਵੇਂ ਸੁੰਝਾ ਸੁੰਝਾ ਹੋ ਗਿਆ ਹੋਵੇ ਘਰ ਵਾਲਾ ਵੀ ਘਰ ਨਾ ਹੋਵੇ ਬੱਚੇ ਵੀ ਜਿਤਨੇ ਸਨ ਸਾਰੇ ਹੀ ਨਾਲ ਚਲੇ ਜਾਣ ਫਿਰ ਮਾਤਾ ਜੀ ਕਿਵੇਂ ਲੱਗੇ ਕਦੀ ਦਲੀਜਾਂ ਤੇ ਆ ਖੜਨਦੀ ਹੈ ਅਜੇ ਨਹੀਂ ਆਏ ਮੁੜ ਅੰਦਰ ਜਾਂਦੀ ਹੈ ਕੁਝ ਜਾਣਦੀ ਹੈ ਕੁਝ ਪਕਾਉਂਦੀ ਹੈ ਮੁੜ ਆ ਕੇ ਬੂਹੇ ਤੇ ਖੜੋ ਕੇ ਜਾਤੀ ਮਾਰਦੀ ਹੈ ਅਜੇ ਨਹੀਂ ਆਏ ਛਾਵਾਂ ਪਈਆਂ ਨੂੰ ਦੂਰੋਂ ਸ਼ਾਹ ਸਾਹਿਬ ਆਉਂਦੇ ਨਜ਼ਰ ਆਏ ਔਰ ਦੋ ਪੁੱਤਰ ਵੀ ਨਾਲ ਧਾਕ ਅੱਗੋਂ ਦੀ ਜਾ ਵੀ ਸ਼ਾਹ ਸਾਹਿਬ ਦੇ ਗੋਡਿਆਂ ਨੂੰ ਗਲਵਕੜੀ ਪਾਈ ਪੈਰ ਚੁੰਮੇ ਆਪਣੇ ਪਤੀ ਦੇ ਤੇ ਫਿਰ ਬੱਚਿਆਂ ਨੂੰ ਗਲ ਨਾਲ ਲਾਇਆ ਤੇ ਫਿਰ ਪੁੱਛਿਆ ਦੋ ਆਏ ਹਨ ਸ਼ਾਹ ਜੀ ਦੋ ਬੱਚੇ ਆਏ ਹਨ ਦੋ ਨਹੀਂ ਆਏ ਕਿਸੇ ਲਕਦੋ ਜੇ ਬੁੱਧੂ ਸ਼ਾਹ ਨੇ ਝੂਮ ਕੇ ਆਖਿਆ ਭਗਵਾਨ ਸ਼ੁਕਰ ਕਰ ਦੋ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਮਾਏ ਤੇ ਇਹਨੂੰ ਸਮਝ ਨਾ ਆਏ ਇਹਨੇ ਪੁੱਛਿਆ ਕੀ ਆਖਿਆ ਜੀ ਕਿਹੜੀ ਬੁਝਾਰਤ ਬੁਝਾਈ ਜੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਮਾਏ ਕੌਣ ਹੈ ਕਲਗੀ ਵਾਲਾ ਤੇ ਕਿਵੇਂ ਚਰਨਾਂ ਵਿੱਚ ਸਮਾਏ ਕੁਝ ਸਮਝਾਓ ਤਾਂ ਜਾਂ ਬੁੱਧੂ ਸ਼ਾਹ ਨੇ ਸਮਝਾਇਆ ਤੇਰੇ ਦੋ ਪੁੱਤ ਸ਼ਹੀਦ ਹੋਏ ਹਨ ਕਲਗੀਧਰ ਪਾਤਸ਼ਾਹ ਨੇ ਕਬੂਲ ਕੀਤੇ ਹਨ ਉਹ ਤੇ ਰੋਣ ਬਹਿ ਗਏ ਉਹ ਸ਼ਾਹ ਜੀ ਦੋ ਪੁੱਤਰ ਸ਼ਹੀਦ ਕਰਾ ਕੇ ਆਏ ਔਰ ਕਿਵੇਂ ਪੈਸਦੇ ਹੋ ਜਿਵੇਂ ਗੱਲ ਹੀ ਕੋਈ ਨਹੀਂ ਹੁੰਦੀ ਗੱਲ ਕਰਕੇ ਮੇਰੀ ਛਾਤੀ ਗੱਲ ਸੁਣ ਕੇ ਤੁਹਾਡੀ ਮੇਰੀ ਛਾਤੀ ਫਟ ਰਹੀ ਹੈ ਤੁਹਾਡੀ ਗੱਲ ਸੁਣ ਕੇ ਮੇਰਾ ਕਲੇਜਾ ਪਾਟ ਰਿਹਾ ਹੈ ਸ਼ਾਹ ਜੀ ਤੇ ਤੁਸੀਂ ਮੁਸਕਰਾ ਰਹੇ ਹੋ ਰੋਂਦੀ ਰੋਂਦੀ ਬੇਸੁਰਤ ਹੋ ਕੇ ਡਿੱਗ ਪਈ ਹਾਏ ਮੇਰੇ ਬੱਚੇ ਹਾਏ ਮੇਰੇ ਬੱਚੇ ਬੁੱਧੂ ਸ਼ਾਹ ਦਾ ਨਿਮਾਣਾ ਮਨ ਉੱਡਿਆ ਕਲਗੀਧਰ ਪਾਤਸ਼ਾਹ ਦੀ ਅਧੂਰੀ ਵਿੱਚ ਅਪੜਿਆ ਗਰੀਬ ਨਵਾਜ ਗੱਡੀ ਦਾ ਇੱਕ ਪਹੀਆ ਨਹੀਂ ਚੱਲਦਾ ਇਹ ਗ੍ਰਸਤ ਗੱਡੀ ਹੈ ਇਹ ਇਸਤਰੀ ਪੁਰਖ ਦੋ ਪਹੀਏ ਹਨ ਇਸਤੇ ਜੇ ਦੋਵਾਂ ਦੇ ਸੁਭਾਅ ਨਾ ਰਲਣ ਇੱਕ ਕੁਝ ਕਹੇ ਤੇ ਦੂਜਾ ਕੁਝ ਕਹੇ ਤਾਂ ਦੋਵੇਂ ਪਹੀਏ ਫਿਰ ਇੱਕ ਰਸ ਨਾ ਚੱਲ ਫਿਰ ਇਹ ਗੱਡੀ ਤੁਰਦੀ ਨਹੀਂ ਮੰਜ਼ਿਲ ਤੇ ਪਹੁੰਚਦੀ ਨਹੀਂ ਪਾਤਸ਼ਾਹ ਇਹ ਪਹੀਆ ਨਹੀਂ ਚੱਲਦਾ ਜਾਮ ਹੋ ਗਿਆ ਕਿਰਪਾ ਕਰੋ ਕੋਈ ਚਲਾਵਣ ਦੀ ਵਿਧ ਦੱਸੋ ਹਜ਼ੂਰ ਨੇ ਉੱਥੋਂ ਬੈਠਿਆਂ ਇਸ਼ਾਰਾ ਕੀਤਾ ਸ਼ਾਹ ਜੀ ਚਰਨ ਦੂਰ ਜੋ ਤੁਹਾਡੇ ਕੋਲ ਹੈ ਤੁਹਾਡੇ ਕੋਲ ਅਖੀਰ ਹੈ
ਤਾਂਹੀ ਆਖਿਆ ਮਰੀਜ਼ੋ ਨੇ ਸ਼ਫਾ ਪਾਈ ਬਹਾਰੇ ਜ਼ਿੰਦਗੀ ਆਈ ਸੁਣਾ ਹੈ ਖਾਕ ਕੀ ਚੁਟਕੀ ਬੀਤੀ ਅਕਸੀਰ ਨਾ ਲਈ ਤੁਹਾਡੇ ਕੋਲ ਅਕਸੀਰ ਹੈ ਸ਼ਾਹ ਜੀ ਸਾਰਿਆਂ ਰੋਗਾਂ ਦਾ ਇੱਕ ਦਾਰੂ ਹੈ ਤੁਹਾਡੇ ਕੋਲ ਚਰਨਾਂ ਦੀ ਝੂੜ ਲਾ ਦਿਓ ਇਸਦੇ ਮਸਤਕ ਦੇ ਉੱਤੇ ਇਹਦੀਆਂ ਰੇਖਾ ਬਦਲ ਜਾਵਣ ਵਿਹੋ ਚ ਪਈ ਬੀਵੀ ਦੇ ਮਸਤਕ ਦੇ ਉੱਤੇ ਜਦੋਂ ਬੁੱਧੂ ਸ਼ਾਹ ਨੇ ਚਰਨਾਂ ਦੀ ਧੂੜ ਦੀ ਚੁਟਕੀ ਲੈ ਕੇ ਲਗਾਈ ਤਾਂ ਉਸਦੀਆਂ ਅੱਖਾਂ ਖੁੱਲੀਆਂ ਪਰ ਅੱਖਾਂ ਖੁੱਲੀਆਂ ਤੇ ਵੇਖਿਆ ਕਿੱਥੇ ਅਰਸ਼ਾਂ ਤੇ ਅਰਸ਼ਾਂ ਤੱਕ ਨਿਗਾਹ ਚਲੀ ਗਈ ਕੀ ਤੱਕਿਆ ਮੇਰੇ ਦੋ ਬੱਚੇ ਜਿਨ੍ਹਾਂ ਨੂੰ ਮੈਂ ਰੋ ਰਹੀ ਹਾਂ ਉਹਦੇ ਉਹ ਖੇਲ ਰਹੇ ਹਨ ਬਾਹਾਂ ਉਡਾਰੀਆਂ ਵੇ ਬੱਚਿਓ ਮਾਂ ਪਈ ਰੋਂਦੀ ਜੇ ਮਾਂ ਪਈ ਉਡੀਕਦੀ ਜੇ ਛੱਡ ਕੇ ਕਿੱਧਰ ਜਾ ਰਹੇ ਹੋ ਉਹਨਾਂ ਨੇ ਪਰਤ ਕੇ ਪਿਛਾ ਤੱਕਿਆ ਨਹੀਂ ਜਵਾਬ ਦਿੱਤਾ ਮਾਂ ਤੂੰ ਸਾਡੀ ਮਾਂ ਨਹੀਂ ਕਿਸ ਮੂੰਹ ਨਾਲ ਅਸੀਂ ਤੈਨੂੰ ਮਾਂ ਆਖੀਏ ਬੱਚਿਆਂ ਦੇ ਰੁਤਬੇ ਵਧਣ ਤੇ ਮਾਵਾਂ ਰੋਮਨ ਪਿੱਟਣ ਸਾਨੂੰ ਗੁਰੂ ਨੇ ਕਬੂਲੇ ਅਸੀਂ ਅਜੀਤ ਸਿੰਘ ਦੇ ਨਾਲ ਪੈ ਖੇਲਦੇ ਹਾਂ ਜੁਝਾਰ ਸਿੰਘ ਦੇ ਨਾਲ ਖੇਲ ਰਹੇ ਹਾਂ ਤੂੰ ਅਣਖ ਦੀ ਗੋਦ ਵਿੱਚ ਆਣ ਬੈਠੇ ਹਾਂ ਤੇ ਤੂੰ ਸਾਨੂੰ ਰੋ ਰਹੀ ਹੈ ਜੇ ਤੇਰਾ ਰੋਣ ਨੂੰ ਜੀ ਕਰਦਾ ਹੈ ਤਾਂ ਉਹਨਾਂ ਨੂੰ ਰੋ ਜਿਹੜੇ ਤੇਰੇ ਕੋਲ ਖੜੋਤੇ ਹਨ ਜਿਹਨਾਂ ਸ਼ਹੀਦੀ ਨਹੀਂ ਪਾਈ ਜਿਹਨਾਂ ਨੂੰ ਕਬੂਲਿਆ ਨਹੀਂ ਜਿਹਨਾਂ ਨੂੰ ਤੂੰ ਜਿਉਂਦਾ ਜਾਗਦਾ ਪਈ ਸਮਝਣੀ ਹੈ ਜੇ ਰੋਣਾ ਹੀ ਤਾਂ ਜਿਉਂਦਿਆਂ ਨੂੰ ਰੋ ਮੋਇਆ ਨਾ ਰੋ ਤੇ ਫਿਰ ਅੱਖਾਂ ਮੀਟ ਕੇ ਜਦੋਂ ਉਸਨੇ ਖੋਲੀਆਂ ਤੇ ਆਖਿਆ ਸ਼ਾਹ ਜੀ ਮੈਂ ਹੁਣੇ ਹੁਣੇ ਆਪਣੇ ਬੱਚੇ ਦੇਖੇ ਸਨ ਅੱਜ ਨੇ ਪੁੱਛਿਆ ਜ਼ੈਨਬ ਕਿਵੇਂ ਦੇਖੇ ਕਿੱਥੇ ਦੇਖੇ ਉਹਨੇ ਫਿਰ ਸਾਰੀ ਗੱਲ ਸੁਣਾਈ ਇੰਜ ਮੈਂ ਦੇਖੇ ਪਰ ਉਹ ਮੈਨੂੰ ਮਾਂ ਹੀ ਨਹੀਂ ਕਹਿੰਦੇ ਮੇਰੇ ਵੱਲ ਤੱਕਦੇ ਹੀ ਨਹੀਂ ਕਹਿੰਦੇ ਨਹੀਂ ਅਸੀਂ ਮਰਤਬੇ ਵਾਲੇ ਹਾਂ ਰੁਤਬੇ ਵਾਲੇ ਹਾਂ ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹਾਂ ਸਾਹਿਬਜ਼ਾਦਿਆਂ ਨਾਲ ਖੇਲਦੇ ਹਾਂ ਤੇ ਤੂੰ ਸਾਨੂੰ ਰੋ ਰਹੀ ਹੈ ਸ਼ਾਹ ਜੀ ਇਹ ਕਿਆ ਮਾਜਰਾ ਕੁਝ ਸਮਝ ਨਹੀਂ ਆਈ ਮੈਨੂੰ ਤਾਂ ਬੁੱਧੂ ਸ਼ਾਹ ਨੇ ਆਖਿਆ ਫਿਰ ਜੇ ਸਮਝ ਨਹੀਂ ਤਾਂ ਚੱਲ ਮੇਰੇ ਨਾਲ ਮੇਰੇ ਪਾਤਸ਼ਾਹ ਦੇ ਕੋਲ ਬੁੱਧੂ ਸ਼ਾਹ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਰਹੇ ਹੈ ਦਾਰ ਸਿੰਘ ਚਰਨਾਂ ਵਿੱਚ ਜਿੱਥੋਂ ਜੋਲੀ ਭਰ ਕੇ ਲਿਆਇਆ ਨਾ ਆਪ ਉੱਥੇ ਹੁਣ ਘਰਵਾਲੀ ਦੀ ਜੋਲੀ ਵੀ ਭਰਨ ਚੱਲਿਆ ਹੈ ਰਾਹ ਵਿੱਚ ਕਿਸੇ ਪੁੱਛਿਆ ਸ਼ਾਹ ਜੀ ਸੁਣਿਆ ਕਲਗੀਆਂ ਵਾਲੇ ਦੇ ਉਪਾਸ਼ਕ ਹੋ ਗਏ ਹੋ ਕੀ ਸੰਬੰਧ ਹੈ ਤੁਹਾਡਾ ਤੁਸੀਂ ਸੈਯਦ ਮੁਸਲਮਾਨ ਉਹ ਸਿੱਖ ਤੁਹਾਡਾ ਕੀ ਸੰਬੰਧ ਹੈ ਆਪਸ ਦਾ ਸੁਣਿਆ ਉੱਥੇ ਝੁਕ ਝੁਕ ਬਹਿੰਦੇ ਹੋ ਨਮਸਕਾਰਾਂ ਕਰਦੇ ਹੋ ਦੂੜਾ ਮੱਥੇ ਤੇ ਲਾਂਦੇ ਹੋ ਤਾਂ ਬੁੱਧੂ ਸ਼ਾਹ ਨੇ ਲਟਕ ਨਾਲ ਆਖਿਆ ਤੈਨੂੰ ਨਹੀਂ ਪਤਾ ਮੇਰੇ ਉਹ ਕੀ ਲੱਗਦੇ ਕਲਗੀ ਵਾਲੇ Yeah.
जान गुरबान कौन जिन से प्रेम भरती देखिया ते उस अंदर भी प्यार जागिया गल पल्ला पा के हाथ जोड़ के बोली गरीब नवाज दो पुत्र शाह जी ने बेटा कीते सन दो मैं ले आई कबूल कर आखे अपुती गंड पवे संसार इन्हां नूं रहण दे अपने पास ਸਾਡੀ ਸੰਸਾਰ ਨਾਲ ਗੰਢ ਰਵੇ ਬਾਦਸ਼ਾਹ ਸੰਸਾਰ ਨਾਲ ਗੰਢ ਪਵੇ ਜਾਂ ਨਾ ਪਵੇ ਤੇਰੇ ਚਰਨਾਂ ਨਾਲ ਜ਼ਰੂਰ ਪਵੇ ਸਾਧ ਸੰਗਤ ਜਿਹਦੀ ਗੁਰੂ ਦੇ ਚਰਨਾਂ ਨਾਲ ਗੰਢ ਪਈ ਹੈ ਉਹੀ ਤਾਂ ਖਾਲਸਾ ਖਾਲਸਾ ਖਾਲ ਜਿਸਦੇ ਪਿਆਰ ਵਿੱਚ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਨਿਰੋਲ ਪਿਆਰ ਗੁਰੂ ਦੇ ਚਰਨਾਂ ਨਾਲ ਗੁਰ ਸੰਗਤ ਕੀਨੀ ਖਾਲਸਾ जो संगत विच आए प्यार वाले गुरमुख सन उन्होंने साहब हूं पुकार देन खालसा जी खालसा किताब बख्शिया खालसा मेरो रूप है खाल इन आपे गुर चेला बनिया खालसे नु खिताब बख्शिया है खालसा मेरो रूप है खाल
खालसे में हम करो निवास। खालसा मेरा रूप है, मैं खालसे नू अपना रूप बख्शे है। गुरु दे शीश दे भी केस हन, खालसे दे सिर दे भी केस हन। गुरु भी साबत सूरत, खालसा भी साबत सूरत। गुरु ने अत्त विच कड़ा पाया, खालसे भी अत्त विच कड़ा सज रहा। सारे चेन चक्र गुरु ने खालसे नू अपने बख्श के अपना रूप बना लिया। फिर आखिया खालसा मेरो रूप है खास, खालसे में हम करो निवास। खालसा मेरी जान को जान, खालसा मेरे प्राण को प्राण। जिस नाल बड़ा प्यार हो आखी दे तू तो मेरी जान, तू मेरे प्राण। तो मेरे साहब खालसे नू अपनी जान कह रहे हैं, खालसे नू अपने प्राण कह रहे हैं। मेरा खालसे ने प्यार नहीं किया गुरु चरणा नाल, गुरु ने किदा प्यार किया खालसे नाल। खालसा मेरी जान को जान, खालसा मेरे प्राण को प्राण। पर एक शर्त है भाई केड़ी, कि जब तक खालसा रहे न्यारा, जब तक खालसा रहे न्यारा, ये खालसा रहे खाल। खालसा मूल होर हुंदा है, आज हर शह मिलावट वाली हो गई है, खालसे विच भी मिलावट आ गई। इस वास्ते खालसे की वो कीमत नहीं रही, खालसे का वो मुल नहीं रहा। जो खालसा साजिया सी, कोई वेला सी जदों एक खालसा एक थाने खड़ोता एक गल कहिंदा सी, मुकाबले ते सौ बंदा गवाही दे जावे, उन्हां दीआं झूठियां ते खालसे की गवाही दे। क्योंकि हाकम नूं यकीन हुंदा सी खालसा झूठ नहीं बोलदा, खालसा घट नहीं तोलदा, क्योंकि खालसे अंदर है गुरु। और खालसे नूं ए एहसास है कि मैं कला नहीं, मेरे नाल मेरा गुरु भी है। गल करन वेले जिहनूं ए चेता आ जावे मैं कैसी गल कर रहा, मेरा गुरु कोल खड़ोता पिया सुनदा, मैं की कर रहा, मेरा गुरु मेरे कोल है। बस इस भावना की लोड़ है। यूसुफ ते जुलेखा ये बड़ा मशहूर किस्सा है। यूसुफ बड़ा सोहना हुंदा सी, एडा सुंदर के मानो सुंदरता ने रूप धारे। जुलेखा ने देखिया और उसका मन मोया भी। जुलेखा प्यार करे यूसुफ नाल, पर यूसुफ तके ही है। फिर प्यार ना रहा, वैर हो गए। उस वैर विच यूसुफ नू जुलेखा ने इस हाल तक पहुंचाया कि एक सूत्र दी अट्टी तो बाजार विकवाया। आखिया जी सुंदरता का तैनू मान है, वो तेरी सुंदरता मैं नीलाम करके छड़ा। फिर इस किस्से विच आखिया कि यूसुफ जुलेखा दे प्यार नू कितार के एक दिन पछेमान होया कि ऐडा प्यार इसने मेरे नाल कीता, गलती मेरी है। उन्हें सद बुलाया जुलेखा, वो जिस वेले आई ते कोल बैठी, कोई गल करन लगे प्यार दी। यूसुफ ने आखिया जरा कुछ है, सामने एक तस्वीर पई सी। उन्हें आखिया मेरे मुर्शद दी तस्वीर है, ते मैं जिस वेले इधर देखना तो एदियां अखां मेरे वल हन। उन्हें रुमाल चुकिया ते उस तस्वीर दे उत्ते पा दिता, तस्वीर हस पई। तस्वीर हसी, तस्वीर तस्वीर ना रही, और तस्वीर प्रतक हो गई। यूसुफ कहने लगा सारी उम्र तस्वीर रही, अज ये क्या कहो तो कह जो तस्वीर प्रतक हो गई है। इसदिया अखां चमक रही, इसकी आवाज आ रही है, इससे हो गिन रहे हैं। तस्वीर चो आवाज आई, यूसुफ जेड़ी भावना अज तैनू मेरे उत्ते आई है, अगे कदे आई नहीं। अज तू समझिया कि मैं तैनू तक रहा, तां तू मेरी अखां उत्ते रुमाल पाया। किसी तरह जिक्र होर भी करते हैं,
कोई पूजा करता थी शिवजी महाराज की, मूर्ति रखी हुई, रोज शंख बजावे, धूप दुखावे, आरती करे, 12 साल पूजदिया हो गए, पर वो मूर्ति मूर्ति रही, कुछ बनिया ना। एक दिन किसी अगे अपना उसने दुख खोलिया, 12 साल हो गए ने शंकर भगवान की मूर्ति नू पूज दिया, अजे तक कुछ नहीं बने। उन्हें आखिया शंकर भोले हैं, प्रसन्न होवन ते भावे हुणे हो जान, ना होवन ते कदे ही ना हो। तो नशा पानी करने वाले उन्हां दा की तबार है, हर वेले भंग दतूरा पीती रखते हैं। इन्हां दी पूजा छड, जे छेती प्रगट करनी तां कृष्ण की मूर्ति लिया। वो बड़े रसीए हैं, बड़े प्यार वाले हैं, बड़े छेती रिझदे हैं। वो फिर कृष्ण की मूर्ति लियाया, लिया के उसने नाल दी चौकी ते रख दिती। ते जिस वेले दुखाया ना धूप, ते हवा सी इधर दी ते धुआं जावे शंकर वल, उन्हें सोचिया भी मैं तो इसकी पूजा छड़ दिती, मैं तो कृष्ण की पूजा करनी है, ते धूप का धुआं यह नहीं जाता। उन्हें रूं लिया के शंकर की मूर्ति दे नक विच दे दिती, भी तू धुआं क्यों लवे जब मैं तेन पूजना ही नहीं, 12 साल पूजदिया हुए ने कुछ बनिया नहीं, हूं मैं तेरी पूजा ना करनी है ते ना तेन ये धुआं लैन देना। मैं तो धूप दुखाया कृष्ण महाराज अगे, ते धुआं देने इन्हों तेनू नहीं देना। इस वास्ते लिया के रूह जिस वेले उन्हें नक विच दिती, तो मूर्ति प्रगट हो गई। आखन लगा है तेन एडी रखा हो गई है, 12 साल पूजिया ते तू प्रतख नहीं होया, ते अज पहले दिन तेरे मुकाबले ते कृष्ण नूं लियांदा ते तू प्रसन्न हो गया। केड़ी गल्लों उन्हें आखिया वही, तेन अज ताई ये भावना ही नहीं सी आई, अज तेन ये भावना आई है कि मैं तूआ नहीं ना, तो मैं प्रतख होया, मैं तो उस वाले प्रतख हाँ जो मैनू प्रतख समझते, जो मैनू प्रतख नहीं समझते, भावे मैं उन्होंने सामने प्रतख खड़ोता होवा, मैं उन्होंने वास्ते कुछ भी नहीं। यह तो भावना की खेड है, जे तने ने पत्थर नू भगवान समझिया तो उस पत्थर नू भगवान बनना पिया। भाई साहब ने भी पत्थर ही लिखे है, पत्थर एक पलेट के दे तने नू गैल छड़ावे, ते फिर उस पंडित ने आखन के वड़ा ठाकुर है इसकी सेवा करे, ठाकुर की सेवा करे जो इच्छे सोई फल पावे। तो घर जिस वेले ले गया ते जाके उसने स्नान कराया, ठाकुर नू नवाल के छा रोटी लै भोग चढ़ावे, साढ़े वांग तो नहीं भी रखे अरदासा कीता ते मुड़ चुके बताओ। एक बारी की सुरत नाल ध्यान विच लिया के नहीं आखिया एक वर्गी तक खा लो, ठाकर नू नवाल के छा रोटी लै भोग चढ़ावे, ते उसने कोई ना खादी। तने ने आखिया फिर हूं भी मुंह ना जुठा लू, तू नहीं खांदा तेरी मर्जी, पर जे तू ना खाएगा तो मैं खा सकना। उसने नहीं सोचिया भी ये तो पत्थर है, इस कितों खानी है, मैंने नाल भुखा क्यों मरा। उन्हें आखिया नहीं ठाकुर, जे तू नहीं खाएगा तो मैं भी नहीं खावा, तेरी मर्जी, मैं तो जट हाँ, तू तो बड़े पदार्था से हिलिया हो, तू एडी भुख ना कट सकेगा, 2-4-10 दिन मैं ना खावा, मैनू फर्क कोई नहीं पाना, तू ही औखा होगा। किसी वेले तो मेहना दे के मुंह दूजे पासे करके बह जावे, चंगा ना खा मैं तेन आखना ही। पहले दिन घर लिया आंदा ही अड़ब, तू मैनू दसता सही भी मैं गलती कही की, बोल भाई तू कहड़ी हुई है, कोई बोलता सही कोई गल तो कर, ना तू बोले ना तू गल करे ना तू खावे ना तू पीवे, मैं चंगा तेनू घर लियांदा, लियांदा सी भाई मेरे कार्ज सवारेगा ते आउंदिया रफड़ होर पा बैठा, हुण किस नाल रोटी नहीं साज नहीं भाई रल के खावीए, उसने होर केड़ा काम करना। किसी वेले तो यह जहाँ निहोरा दे के मुंह दूजे पासे करके बह जाता है, तो किसी वेले मुड़ ख्याल आता तू बई वो जाए भगवान है, आखिर मैं ही चुक रहना है, मैं थोड़ा चुकना। फिर आखद हथ जोड़ मिन्नत करे,
ਪੈਰੀ ਪੈ ਪੈ ਬਹੁਤ ਮਨਾਵੇ, ਮੁੜ ਮੁੜ ਪੈਰੀ ਪੈਂਦਾ ਮਿਲਤਾ ਕਰਦਾ ਨਾ ਤੇਰੀ ਦਾੜੀ ਹੱਥ ਲੈ। ਉਹ ਤੂੰ ਖਾ ਲੈ ਇੱਕ ਮੁਰਗੀ ਖਾ ਲੈ, ਉਹ ਪਹਿਲਾਂ ਦਿਹਾੜੇ ਪਹਿਲੇ ਦਿਨ ਤਾਂ ਬੋਲਿਆ ਅਨਬਣ ਨਾ ਕਰ, ਅੱਗੋਂ ਤੇ ਵੇਖੀ ਜਾਏਗੀ ਸਾਡੇ ਸੁਧਾਰ ਨਹੀਂ ਰੰਡੇ, ਅੱਜ ਪਹਿਲੇ ਦਿਨ ਤਾਂ ਕੋਈ ਗੱਲ ਹੋਈ ਨਹੀਂ, ਤੂੰ ਕਿਹੜੀ ਗੱਲ ਰੁਸਿਆ ਦੇਖੀ। ਧੰਨਾ ਇਹ ਗੱਲਾਂ ਕਰੇ ਜਿਵੇਂ ਕਿਸੇ ਨਾਲ ਆਹਮੋ ਸਾਹਮਣੇ ਬਹਿ ਕੇ ਕਰੀ ਗਈਆਂ, ਇੱਕ ਵਾਰੀ ਵੀ ਖਿਆਲ ਨਹੀਂ ਆਇਆ ਬਈ ਇਹ ਪੱਥਰ ਹੈ। ਆਹ ਖਿਆਲ ਜਿਹੜਾ ਨਹੀਂ ਨਾ ਆਇਆ ਇਹੀ ਭਾਵਨਾ, ਇਹ ਭਾਵਨਾ ਹੈ, ਇਹ ਭੋਲਾਪਨ ਹੈ। ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁ ਰਾਇਆ। ਇਹੋ ਜਿਹੀਆਂ ਪਿਆਰ ਦੀਆਂ ਗੱਲਾਂ ਸੁਣ ਕੇ ਆਖੀਰ ਫਿਰ ਉਹ ਪੱਥਰ ਪੱਥਰ ਨਾ ਰਿਹਾ। ਭਾਈ ਸਾਹਿਬ ਆਖਦੇ ਨੇ ਗੁਸਾਈ ਪ੍ਰਤੱਖ ਹੋਏ, ਗੁਸਾਈ ਪ੍ਰਤੱਖ ਹੋਏ ਤਨਿਆ ਕੀ ਆਖਣੇ, ਮੈਂ ਕੁਛ ਨਹੀਂ ਆਖਦਾ, ਮੇਰਾ ਕੰਮ ਕਰ ਜਾਂ ਨਾ ਕਰ, ਪਰ ਇੱਕ ਗੱਲ ਜ਼ਰੂਰ ਕਰਕੇ ਹੀ ਬਈ ਰੋਟੀ ਖਾ ਲੈ, ਇਹ ਪਾਪ ਨਾ ਮੇਰੇ ਸਿਰ ਤੇ ਰਹੇ ਬਈ ਮੈਂ ਤੈਨੂੰ ਘਰ ਲਿਆਂਦਾ ਤੇ ਭੁੱਖਾ ਰੱਖਿਆ। ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਛਾਏ ਨੂੰ ਲਾਵੇ, ਤੇ ਕਹਿਣ ਲੱਗੇ ਅੱਛਾ ਹੁਣ ਸੁਲਾ ਤਾਂ ਹੋ ਗਈ ਹੈ, ਮੈਂ ਵੀ ਖਾਧੀ ਹੈ, ਹੁਣ ਤੂੰ ਵੀ ਖਾ ਲੈ। ਧੰਨੇ ਨੇ ਵੀ ਜਿਸ ਵੇਲੇ ਖਾ ਲਈ ਤਾਂ ਹੁਣ ਠਾਕੁਰ ਨੇ ਪੁੱਛਿਆ ਤੇਰਾ ਕਿਹੜਾ ਕੰਮ ਕਰਾਂ, ਲੈ ਦੰਨਿਆ ਹੁਣ ਕਿਹੜਾ ਕੰਮ ਤੂੰ ਆਖੀ। ਉਹ ਆਖਣ ਲੱਗਾ ਬਈ ਤੂੰ ਜੇ ਕੰਮ ਕਰਨ ਵਾਲਾ ਹੋਵੇ ਤਾਂ ਕੰਮ ਤਾਂ ਬਹੁਤ ਹਨ, ਪਰ ਤੇਰਾ ਇਤਵਾਰ ਕੋਈ ਬਿਨਾਂ ਗੱਲ ਤੋਂ ਅੱਗੇ ਉਸ ਬੈਠਾ ਹੈ, ਤੇ ਕੱਲ ਨੂੰ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਤੇ ਮੁੜ ਰੁੱਸਾ ਪਾ ਪਵੇਗਾ। ਪਹਿਲੀ ਗੱਲ ਤਾਂ ਇਹ ਹੈ ਵੀ ਮੇਰੇ ਨਾਲ ਵਚਨ ਕਰ ਰੁੱਸੇਗਾ ਨਹੀਂ, ਜੇ ਰੁੱਸ ਵੀ ਜਾਵੇ ਕਿਸੇ ਗੱਲੋਂ ਤਾਂ ਰੋਟੀ ਨਾਲ ਨਾ ਰੁੱਸੇ, ਮੇਰੇ ਨਾਲ ਗੁੱਸੇ ਹੋ ਜਾਵੇ ਆਪਣੇ ਤੇਰੇ ਨਾਲ ਕਿਉਂ ਗੁੱਸੇ ਹੋ ਜਾਂਦੇ, ਵੀ ਖਾਂਦਾ ਨਹੀਂ ਹੱਥ ਪਏ ਭਗਵਾਨ। ਅੱਛਾ ਦੰਨਿਆ ਮੈਂ ਤੇਰੇ ਨਾਲ ਗੁੱਸੇ ਵੀ ਨਹੀਂ ਹੋਵਾਂਗਾ, ਜੋ ਤੂੰ ਆਖੇਗਾ ਮੈਂ ਉਹੀ ਕਰਾਂਗਾ, ਹੁਣ ਤੂੰ ਦੱਸ ਮੈਂ ਕੀ ਕਰ। ਉਹਨੇ ਆਖਿਆ ਸਾਰੀ ਭੋਏ ਪਈ ਹੈ, ਐਵੇਂ ਮੈਂ ਇਕੱਲਾ ਬੰਦਾ ਔਰ ਹਾਂ ਵੀ ਆਲਸੀ ਗਿਆ, ਕੁਛ ਮੈਥੋਂ ਹੁੰਦਾ ਨਹੀਂ, ਮੈਂ ਤਾਂ ਇਸ ਵਾਸਤੇ ਤੈਨੂੰ ਨਾਲ ਲਿਆਇਆ ਸਾਂ ਵੀ ਇੱਕ ਇੱਕ ਦੋ ਯਾਰਾਂ ਹੁੰਦੇ ਨੇ ਰਲ ਕੇ ਕਰਾਂਗੇ, ਜੇ ਤੂੰ ਨਾਲ ਲੱਗ ਜਾਏ ਤੇ ਕੁਝ ਬੋਏ ਵਾਹ ਛੱਡੀਏ। ਆਖਣ ਲੱਗੇ ਧੰਨਿਆ ਹੁਣ ਤੈਨੂੰ ਕਰਨ ਦੀ ਲੋੜ ਨਹੀਂ, ਹੁਣ ਮੈਂ ਆਪ ਹੀ ਕਰ ਲਾਂਗਾ। ਆਪਣੇ ਅੰਦਰ ਉਧਰ ਜਿਹੜੀ ਗਊ ਦਿੱਤੀ ਸੀ ਪੰਡਿਤ ਨੂੰ ਦੁੱਧ ਸੁੱਕ ਗਈ, ਉਹਨੇ ਸੋਚਿਆ ਭੋਲਾ ਜੱਟ ਫਸਿਆ ਸੀ, ਜੇ ਉਸੇ ਮੂਡ ਵਿੱਚ ਹੋਵੇ ਤਾਂ ਇੱਕ ਗਊ ਹੋਰ ਲਿਆਈਏ, ਇੱਕ ਠਾਕੁਰ ਹੋਰ ਦੇ ਦਿਆਂਗੇ, ਠਾਕੁਰਾਂ ਦਾ ਕਾਲ ਹੈ ਪੱਥਰ ਦਾ ਵੱਡਾ ਹੀ ਤਾਂ ਦੇਣਾ। ਉਹ ਜਿਸ ਵੇਲੇ ਪੰਡਿਤ ਆਇਆ ਤੇ ਉਹਨੇ ਦੇਖਿਆ ਧੰਨਾ ਤਾਂ ਮਹਲ ਹੱਥ ਵਿੱਚ ਲੈ ਕੇ ਬੈਠਾ ਤੇ ਜਪ ਰਿਹਾ, ਆਵਾਜ਼ ਦਿੱਤੀ ਓਏ ਧੰਨਿਆ, ਆਵਾਜ਼ ਪਛਾਣੀ ਦਾਦਾ ਤੂੰ ਆਇਆ ਤੇ ਨਮਸਕਾਰ ਕੀਤੀ ਉਸ, ਦਾਦਾ ਇੱਕ ਗੱਲ ਆਖਾਂ, ਠਾਕੁਰ ਤੂੰ ਬੜਾ ਚੰਗਾ ਦਿੱਤਾ, ਪਹਿਲੇ ਦਿਨ ਵਿਚਾਰੇ ਨੇ ਅੜੀ ਕੀਤੀ ਹੈ, ਬਸ ਜਿੱਦਣ ਸਿੱਧਾ ਹੋਇਆ ਮੁੜ ਸਿੱਧਾ ਹੀ ਹੋ ਗਿਆ, ਮੁੜ ਨਹੀਂ ਅੜਿਆ, ਆ ਦੇਖ ਲੈ ਕੀ ਰੰਗ ਲਾ ਦਿੱਤੇ ਇਸ, ਇਹ ਸਾਰੀ ਭੋਏ ਬੰਜਰ ਪਈ ਸੀ ਬੰਜਰ, ਇਹ ਸਾਰਾ ਚਮਤਕਾਰ ਉਸੇ ਦਾ ਸੀ। ਹੈਰਾਨ ਪਿਆ ਹੋਵੇ ਪੰਡਿਤ ਗੱਲਾਂ ਸੁਣ ਕੇ ਤੇ ਇਹ ਪਾਗਲ ਤਾਂ ਨਹੀਂ ਹੋ ਗਿਆ, ਸੁਦਾਈ ਤਾਂ ਨਹੀਂ ਹੋ ਗਿਆ, ਮੈਂ ਤਾਂ ਪੱਥਰ ਦਿੱਤਾ ਸੀ, ਇਹ ਕਿਹੜੇ ਠਾਕੁਰ ਦੀ ਗੱਲ ਪਿਆ ਕਰਦਾ। ਆਖਿਆ ਠਾਕੁਰ ਹੁਣ ਕਿੱਥੇ ਹੈ, ਤਾਂ ਦੰਨੇ ਨੇ ਦੂਰ ਅੱਖਾਂ ਦੇ ਉੱਤੇ ਹੱਥਾਂ ਦੀ ਛਾਂ ਕਰਕੇ ਦਿੱਤਾ, ਆਖਿਆ ਉਹ ਪਾਣੀ ਲਾ ਰਹੇ, ਦੰਨਾ ਤਾਂ ਦੇਖ ਰਿਹਾ ਪਰ ਉਸ ਤੋਂ ਨਜ਼ਰ ਨਹੀਂ ਆਈ, ਕਿਉਂਕਿ ਦੰਨਾ ਸੀ ਭਾਵਨਾ ਵਾਲਾ, ਉਹ ਨਜ਼ਰ ਉਸੇ ਨੂੰ ਆਉਂਦਾ ਜਿਸ ਅੰਦਰ ਭਾਵਨਾ ਹੋਵੇ, ਆ ਭਾਵਨਾ ਸੀ ਨਾ ਬੁੱਧੂ ਸ਼ਾਹ ਦੇ ਅੰਦਰ, ਕਿਹੜੀ ਦਾਤ ਲੈ ਗਈ ਹੈ ਸਾਹਿਬ ਦਾ ਆਪਣੇ ਹੱਥ ਦਾ ਦਿੱਤਾ ਹੋਇਆ ਆਪਣਾ ਕੰਘਾ ਦੇ ਵਿੱਚ ਕੇਸ, ਉਹ ਕੇਸ ਜਿਨ੍ਹਾਂ ਨੂੰ ਭਾਈ ਨੰਦ ਲਾਲ ਸਾਹਿਬ ਪਏ ਆਖਦੇ ਨੇ, ਇੱਕ ਇੱਕ ਕੇਸ ਸਿਰੇ ਦੇ ਉੱਤੋਂ ਮੈਂ ਦੋਵੇਂ ਆਲਮ ਵਾਰੇ, ਪਾਤਸ਼ਾਹ ਤੇਰੇ ਸਿਰ ਦੇ ਕੇਸ ਇੱਕ ਇੱਕ ਦੇ ਉੱਤੋਂ ਮੈਂ ਦੋ ਦੋ ਲੋਕਾਂ ਦੇ ਸਾਰੇ ਸੁੱਖ ਵਾਰਨੇ ਕਰਦੇ ਹਾਂ, ਤੇ ਕਿਤਨੇ ਕੇਸ ਸਨ ਉਸ ਕੰਘੇ ਦਿੱਤੇ ਬੁੱਧੂ ਛਾ ਨੂੰ, ਕਿਸ ਬਦਲੇ ਉਸਦੇ ਪਿਆਰ ਦੇ ਬਦਲੇ। ਸਾਹਿਬ ਦਾ ਫਰਮਾਨ ਵੀ ਹੈ, ਸਾਚ ਕਹੂੰ ਸੁਣ ਡਿਹੋ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਪਾਇਆ ਉਹਨਾਂ ਨੇ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਦੇ ਹਿਰਦੇ ਤੇ ਬੈਠਾ ਹੈ, ਔਰ ਉਹਨਾਂ ਨੂੰ ਦੇਖਦਿਆਂ ਚਾਹੁੰਦਾ ਪੈਂਦਾ ਗੁਰੂ ਕਾ, ਤਾਂ ਹੀ ਤੇ ਆਖਿਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹੋ ਵਾਹੋ ਗੋਬਿੰਦ ਸਿੰਘ।
आपे गुरु भी है और आपे अपना चेला भी है। सिख दे रूप विच सिख दे हिरदे ते बह के तो अज असी गुरपुरब मनाया। इतने गुरपुरब मनाया सफल उसे दा जो अपने हिरदे नू गुरु का आसन बना लवे। गुरु का आसन बना लवे, अमृत वेले उठे, इशनान करे, नाम जपदिया गुरु के चरणा का ध्यान रखे। हौली हौली ये ध्यान जिवें जिवें प्रपक हुंदा जांदा है तिवें तिवें सिख दा हिरदा गुरु का आसन बनता। कल भी तुसी गुरपुरब मनाया सी, अज फिर गुरपुरब मनाण हित तुसी इस दरबार विच हाजिर हो। साहिब तुहाडियां भावना नूं भाग लाए, गुरु तुहाडा प्यार पुजाए, तुहाडे सिदक तो सदके तुहाडे प्यार तो बलिहार होई। इसे प्यार नहीं गुरु नूं प्रसन्न करना है, पदार्थां ने नहीं करना, प्यार ने करना। ते प्यार जिड्डा कोई वड्डा करेगा ओडी वड्डी खुशी गुरु की पाएगा। हुण कीर्तन समाप्ति बुला चुका बख्शणियां। वाहिगुरु जी का खालसा।